ਅਭੀ ਭਾਜੀ ਰੋਬੀਨਾ ਮੈਮ ਦੀ ਐਕਟਿੰਗ ਵੇਖ ਕੇ ਕੀ ਕਹੋਗੇ? ਸਾਨੂੰ ਇਹਨਾਂ ਨੇ ਇੰਨਾ ਕੰਪ੍ਰੈਸ ਕਰਤਾ, ਇੰਨੀ ਸੋਹਣੀ ਇਹਨਾਂ ਨੇ ਪੰਜਾਬੀ ਬੋਲੀ ਤੇ ਸਾਨੂੰ ਤਾਂ ਚਾਹ ਜਿਹੜਾ ਪਏ ਸਾਡੇ ਪੰਜਾਬੀ ਸਾਨੂੰ ਇੱਕ ਨਵੀਂ ਹੀਰੋਇਨ ਮਿਲ ਗਈ। ਹੁਣ ਪੁੱਛੋ ਪੰਜਾਬੀ ਸਿਖਾਈ ਕਹਿੰਦੇ ਆ। ਅੱਛਾ, ਕੀ ਬਾਤ ਆ, ਸਾਡੇ ਲੁਧਿਆਣੇ ਨੇ, ਕੀ ਬਾਤ ਹੈ, ਕੀ ਬਾਤ। ਨਹੀਂ ਬਟ ਬਹੁਤ ਇਹਨੇ ਬਹੁਤ ਹਾਰਡ ਵਰਕ ਕੀਤਾ ਤੇ ਬਹੁਤ ਵਧੀਆ ਲੱਗਿਆ ਦੇਖ ਕੇ। ਐਂ ਲੱਗ ਨਹੀਂ ਰਿਹਾ ਸੀ ਕਿ ਪਹਿਲੀ ਵਾਰ ਪੰਜਾਬੀ ਬੋਲ ਰਹੀ ਆ, ਨਾਲੇ ਸਟੋਰੀ ਬਹੁਤ ਵਧੀਆ ਸੀ ਫਿਲਮ ਦੀ। ਐਂ ਲੈਫਟ ਖੱਬਾ ਪਿੰਡ ਦੇ ਸੱਜਾ ਪਿੰਡ ਐਂਡ 'ਚ ਮਿਲ ਗਏ ਉਹ, ਤੇ ਵਧੀਆ, ਬਹੁਤ ਵਧੀਆ। ਇਟਸ ਅ ਗੁੱਡ ਲਾਈਟ ਹਾਰਟਡ ਫਿਲਮ ਤੇ ਡਾਇਲੋਗ ਬਹੁਤ ਸਿਰਾ ਨੇ, ਆਪਾਂ ਕਹਿੰਦੇ ਹਾਂ ਜਿਵੇਂ ਐਂਡ ਆ। ਭਾਈ ਤੁਸੀਂ ਬਹੁਤ ਸੋਹਣੀ ਪੰਜਾਬੀ ਹੈ ਨਾ, ਬੰਬੇ ਜਾ ਕੇ ਵੀ ਉਹ ਸੈਲੀ ਛੱਡਿਆ ਜਮਾ ਸਿਰਾ ਤੇ ਹੱਥ ਵਾਲੀ ਗੱਲਬਾਤ। मैंने आपसे कहा था ना कि ये अपने रूट से इतने जुड़े हुए हैं दैट ही एक्चुअली या ही एक्चुअली एंजॉय स्पीकिंग पंजाबी। घर से गलबात पंजाबी चलती है? गाने गाने होते हैं, जनरली जनरली हिंदी, कभी कभी अंग्रेजी, फिर कभी स्पेनिश भी हो जाती है। चलो जो तो लड़ना हो फिर पंजाबी। ਪਨਾ ਫਿਲਮ ਵੇਖੀ, ਚੱਲ ਭੱਜ ਚੱਲੀਏ ਅਤੇ ਗੱਲਾਂ ਬਾਤਾਂ ਕੀਤੀਆਂ ਨੇ, ਬਹੁਤ ਸੋਹਣੀ ਤੁਹਾਡੀ ਐਕਟਿੰਗ। ਸਾਰਿਆਂ ਦਾ ਇੱਕ ਸਵਾਲ ਹੋਣਾ, ਥੱਲੇ ਕਮੈਂਟ ਆਉਂਦੇ ਆ ਵੀ ਅਸੀਂ ਇਹ ਜੋੜੀ ਨੂੰ ਹੁਣ ਦੋਵਾਂ ਨੂੰ ਇਕੱਠਿਆਂ ਨੂੰ ਫਿਲਮਾਂ 'ਚ ਵੇਖ ਸਕਦੇ ਹਾਂ? ਬਿਲਕੁਲ ਜੀ, ਬਸ ਮੈਂ ਹੁਣ ਮੁੱਛਾਂ ਰੱਖਣ ਵਾਲਾ, ਆਹ ਚਾੜ ਦੇਣੀਆਂ ਆ, ਫਿਰ ਆਪਾਂ ਰੈਡੀ ਹਾਂ। ਕੰਪਲੀਮੈਂਟ ਕੀ ਦਿੱਤਾ ਰੋਬੀਨਾ ਹੋਰਾਂ ਨੂੰ ਜਦੋਂ ਤੁਸੀਂ ਸਕਰੀਨ ਤੇ ਵੇਖ ਰਹੇ ਸੀ? ਬੰਬੇ ਵੀ ਸਕਰੀਨਿੰਗ ਕੀਤੀ ਹੈ ਨਾ, ਤੇ ਆਪਾਂ ਦੂਜੀ ਵਾਰੀ ਫਿਲਮ ਵੇਖ ਰਹੇ ਹਾਂ। ਪਹਿਲੀ ਵਾਰ ਮੈਂ ਤਾਂ ਨਜ਼ਰ ਦੇਖ ਕੇ ਕਹਿਤਾ ਸੀ, ਮੈਂ ਕਿਹਾ ਬਹੁਤ ਵਧੀਆ ਫਿਲਮ ਐਂਡ ਯੂ ਲੁਕਿੰਗ ਗੁੱਡ ਤੇ ਇਹ ਚੱਲੂਗੀ। ਕੀ ਬਾਤ ਹੈ, ਹਾਂ ਜਿਹੜੇ ਨਾ ਇਸੇ ਵੇਰ। ਯੈਸ ਯੈਸ ਬੈਸਟ। ਇਹਨਾਂ ਦੀ ਹੈਬਿਟ ਕੀ ਹੈ ਉਦਾਂ, ਜੇ ਮੈਂ ਤੁਹਾਡੇ ਕੋਲ ਹੈਬਿਟ? ਹਾਂਜੀ, ਐਜ਼ ਅ ਕਲਾਕਾਰ ਇਹ ਬਹੁਤ ਸਿੰਸੀਅਰ ਆ, ਟਾਈਮ ਤੇ ਪਹੁੰਚਦੀ ਆ, ਆਪਣੇ ਕੰਮ ਨੂੰ ਸੀਰੀਅਸਲੀ ਲੈਂਦੀ ਆ, ਇਸ ਕਰਕੇ ਨੇ ਵਧੀਆ ਵਧੀਆ ਡਾਇਲੋਗ ਬੋਲਤੇ ਨੇ ਤੇ ਉਹ ਇਹਦੀ ਬਸ ਖਾਸੀਅਤ ਆ। ਪ੍ਰੋਫੈਸ਼ਨਲੀ, ਪ੍ਰੋਫੈਸ਼ਨ ਦੀ ਗੱਲ ਹੀ ਕਰਾਂਗੇ ਆਪਾਂ। ਰੁਬੀਨਾ, ਜਦੋਂ ਤੁਸੀਂ ਅਭੀ ਵੀਰੇ ਉਹਨਾਂ ਨੂੰ ਪੁੱਛ ਰਹੇ ਸੀ ਨਾਲ ਨਾਲ ਹੈ ਨਾ ਵੀ ਮੈਂ ਯਾਰ ਕਿਉਂ ਜੀ ਲੱਗ ਰਹੀ ਹਾਂ, ਤੂੰ ਦੱਸਦਾ ਸੀ ਇਹ ਚੱਲਦਾ ਸੀ? ਨਹੀਂ, ਉਹ ਸਾਹਮਣੇ ਸੇ ਖੁਦ ਹੀ ਬੋਲ ਰਹੇ ਥੇ ਕਿ ਯੂ ਨੋ ਕਾਫੀ ਅੱਛੀ ਗ੍ਰਿਪਿੰਗ ਫਿਲਮ ਹੈ, ਹਮਨੇ ਆਧੀ ਫਿਲਮ ਦੇਖ ਵੀ ਲਈ ਥੀ, ਉਸਕੇ ਬਾਅਦ ਹੀ ਵਾਜ਼ ਲਾਈਕ ਅੱਛੀ ਕਾਮੇਡੀ ਹੈ। ਸੋ ਮਤਲਬ ਇਹਨੇ ਫਿਲਮਸ ਬਹੁਤ ਕਮ ਪਸੰਦ ਆਤੀ ਹੈ ਔਰ ਬਹੁਤ ਕਮ ਇਹ ਪੂਰੀ ਫਿਲਮ ਮੈਂ ਬੈਠਤੇ ਹੈ। ਸੋ ਆਈ ਥਿੰਕ ਯੈਸ ਯੈਸ ਯੈਸ, ਇਹ ਆਧੀ ਆਧੀ ਫਿਲਮ ਮੈਂ ਵੀ ਉੱਠ ਕੇ ਚਲੇ ਆਤੇ ਹੈ। ਸੋ ਹਿਜ਼ ਬਿੰਗ ਹੇਅਰ ਵਾਜ਼ ਲਾਈਕ ਅ ਗ੍ਰੇਟ ਮੋਟੀਵੇਸ਼ਨ ਫੋਰ ਮੀ। ਮਤਲਬ ਜੀ ਪੂਰੀ ਫਿਲਮ ਤੁਸੀਂ ਵੇਖ ਲਈ, ਇਟ ਮੀਨਸ ਕਿ ਫਿਲਮ ਸਿਰਾ ਪੂਰੀ ਹੈ? ਹਾਂਜੀ ਹਾਂਜੀ, ਵਧੀਆ ਫਿਲਮ, ਫੁੱਲ ਐਂਟਰਟੇਨਮੈਂਟ ਤੇ ਬਹੁਤ ਵਧੀਆ ਸਟੋਰੀ ਆ। ਦੋ ਪਿੰਡ, ਯੂ ਨੋ, ਖੱਬਾ ਤੇ ਸੱਜਾ ਤੇ ਉਹਨਾਂ 'ਚ ਰਾਇਵੈਲਰੀ ਆ, ਤੇ ਉਹ ਐਂ ਨਹੀਂ ਕਿ ਬਹੁਤ ਸੀਰੀਅਸ ਸਟੋਰੀ ਹੋ ਗਈ, ਉਹ ਬੜਾ ਲਾਈਟ ਹਾਰਟਡ ਵਿਦ ਯੂ ਨੋ ਦ ਡਾਇਲੋਗਸ, ਉਹਨੂੰ ਬੜਾ ਲਾਈਟ ਹਾਰਟਡਲੀ ਪ੍ਰੈਜ਼ੈਂਟ ਕੀਤਾ। ਸੋ ਇਟ ਇਜ਼ ਐਂਟਰਟੇਨਿੰਗ। ਇਹ ਵੀ ਸੁਣਨ ਦੇ ਵਿੱਚ ਆਏ ਕਹਿੰਦੇ ਤੁਹਾਨੂੰ ਬੜਾ ਭਜਾ ਕੇ ਰੱਖਦੇ ਆ ਰਵੀਨਾ ਹੋਰੀ, ਇਹ ਸੱਚੀ ਗੱਲ? ਹਾਂ, ਲੈ ਸਵੇਰੇ ਉੱਠਦੇ ਸਰ ਚਲੋ ਜੀ ਉਹ ਕਰੋ ਉਹ ਕਰਨਾ, ਉਹ ਕੰਮ ਨਹੀਂ ਹੋਇਆ ਉਹਦੇ ਨਾਲ ਗੱਲ ਕਰੋ, ਤੁਹਾਨੂੰ ਸਵਾਲ ਪੁੱਛ ਲਿਆ ਆਪਣੇ, ਕੁਝ ਵੀ ਹੈ ਨਾ, ਰੀਅਲ ਲਾਈਫ ਤਾਂ ਮੈਂ ਭੱਜੀ ਆ ਨਾ। ਸਰ ਅੱਜ ਰੀਵਾ ਹੋਰਾਂ ਨੂੰ ਯਾਦ ਕਰ ਰਹੇ ਹਾਂ ਅਸੀਂ ਤੇ ਤੁਸੀਂ ਮਿਸ ਕਰ ਰਹੇ ਹੋ ਕਿ ਅੱਜ ਸਾਨੂੰ ਨਜ਼ਰ ਨਹੀਂ ਆ उधर ही जाना है हमको, क्योंकि बहुत समय हो गया, दो ढाई घंटे यहाँ हो गए, बट दैट्स हाउ वी ट्राई एंड मैनेज और बैलेंस करते हैं। बट यस, अब सीधा बेटियों के पास। हां जी, तुम ट्रैवल वो करते हो भाजी? बिल्कुल जी। ਅਤੇ ਉਹ ਜਰਨੀ ਕਿਵੇਂ ਤੁਸੀਂ ਵੇਖਦੇ ਹੋ ਨਾ, ਕਿ ਤੁਹਾਨੂੰ ਚੰਗਾ ਲੱਗਦਾ ਕਿ ਮੈਂ ਤੁਹਾਨੂੰ ਤੁਹਾਡਾ ਮੈਂ ਵੇਖ ਰਿਹਾ ਸੀ ਹੁਣ ਸੋਸ਼ਲ ਮੀਡੀਆ, ਤੁਸੀਂ ਕਦੇ ਗੱਡੀ 'ਚ ਚੱਲਦੇ ਹੋ, ਗੱਡੀ 'ਚ ਪੰਜਾਬੀ ਗਾਣੇ ਚੱਲਦੇ ਆ, ਉਹ ਵਾਈਬ ਮੈਂ ਜਾਣਨ ਨਹੀਂ ਚਾਹੁੰਦਾ। ਦੇਖੋ ਜੀ, ਟਰੈਵਲਿੰਗ ਮਤਲਬ ਦੈਟਸ ਡਨ ਫੋਰ ਮਾਈ ਸੋਲ, ਅਤੇ ਮੈਨੂੰ ਬਹੁਤ ਵਧੀਆ ਲੱਗਦੀ ਆ ਟਰੈਵਲਿੰਗ, ਅਤੇ ਪੰਜਾਬ ਦੀ ਨੰਬਰ ਪਲੇਟ ਆ, ਗਾਣੇ ਪੰਜਾਬੀ ਚੱਲਦੇ ਹੁੰਦੇ ਆ, ਪੰਜਾਬ ਵਾਲੀ ਫੁੱਲ ਫੀਲਿੰਗ ਲੈਂਦੇ ਆ। ਅਤੇ ਰਵਿੰਦਰ ਨੂੰ ਤੁਸੀਂ ਪੂਰਾ ਚਮਕੀਲਾ ਸੁਣਾਇਆ ਹੋਇਆ? ਹਾਂ ਹਾਂ, ਲੈ ਚਮਕੀਲਾ, ਕੁਲਦੀਪ ਮਾਣਕ, ਆਪਣਾ ਇਹਦਾ ਫੇਵਰੇਟ ਆ, ਵਿਆਹ ਕਰਵਾ ਕੇ, ਹਾਂ ਵਿਆਹ ਕਰਵਾ ਕੇ ਮਿਲਦਾ ਗਿਲਦਾ ਰਹੀ। ਸਾਹਮਣੇ ਲਾਸਟ ਇੰਟਰਵਿਊ ਮੈਂ ਆਪਸੇ ਕਹਾ ਥਾ ਨਾ। ਔਰ ਇੱਕ ਔਰ ਜੋ ਆਪ ਅੱਜ ਕੱਲ ਸੁਣਤੇ ਹੋ, ਧੁੱਪ ਦੇ ਵਾਂਗੂ ਪੁਰਜਾ ਤੇਰੀ ਉਹ ਕਿਆ ਸਮਥਿੰਗ, ਆਵਾਂਗੀ ਮੈਂ ਤੈਨੂੰ ਯਾਦ ਆਵਾਂਗੀ। ਅੱਛਾ, ਸੁਰਿੰਦਰ ਗੌਰ, ਮੈਂ ਤੈਨੂੰ ਯਾਦ ਆਵਾਂਗੀ, ਉਹ ਵੀ ਬਹੁਤ ਅੱਛਾ ਗਾਣਾ ਹੈ। ਮੈਨੇ ਕਹਾ ਨਾ ਘਰ ਪੇ ਮਤਲਬ ਪਿਛਲੇ 10 ਸਾਲ ਸੇ ਅੱਛਾ ਸਾ ਇਨਫਲੂਐਂਸ ਬਣ ਰਹਾ ਹੈ। ਤੋ ਤੋ ਪਤਾ ਚੱਲਦਾ ਪੰਜਾਬੀ ਗਾਣੇ ਟਾਈਮਲੈਸ ਨੇ, ਬਿਲਕੁਲ ਬਿਲਕੁਲ, ਯੂ ਨੋ, ਉਹ ਉਹਨਾਂ ਦੀ ਚਾਹੇ ਰੀਮਿਕਸ ਆਉਂਦੇ ਜਾਣਗੇ, ਰੀਮਾਸਟਰ ਹੁੰਦੇ ਜਾਣਗੇ, ਬਟ ਉਹ ਜਿਹੜਾ ਸਾਡਾ ਫੋਕ ਆ ਉਹ ਤਾਂ ਹੁਣ ਬਾਲੀਵੁੱਡ 'ਚ ਆ, ਆਪਣਾ ਪੰਜਾਬੀ ਜਿਹੜਾ ਫੋਕ ਆ ਉਹ ਤਾਂ ਬਾਲੀਵੁੱਡ 'ਚ ਫਿਲਮਾਂ ਬਣਦੀਆਂ, ਗਾਣੇ ਬਣਦੇ ਆ ਉੱਤੇ। ਬੰਬੇ 'ਚ ਆਪਣੇ ਪੰਜਾਬੀ ਸਿਨੇਮੇ ਨੂੰ ਲੈ ਕੇ ਕੀ ਉੱਥੇ ਆ, ਬੜਾ ਮੈਂ ਜਾਣਨਾ ਚਾਹੁੰਦਾ ਕਿ ਸਾਡੇ ਪੰਜਾਬੀ ਮਿਊਜ਼ਿਕ ਨੂੰ ਲੈ ਕੇ, ਪੰਜਾਬੀ ਸਿਨੇਮੇ ਨੂੰ ਲੈ ਕੇ। ਦੇਖੋ ਜੀ, ਪੰਜਾਬੀ ਮਿਊਜ਼ਿਕ ਤਾਂ ਹਿੱਟ ਆ, ਅਤੇ ਹੁਣ ਕੰਪੇਅਰ ਨਹੀਂ ਕਰ ਸਕਦੇ ਆਪਾਂ, ਯੂ ਨੋ, ਪੰਜਾਬੀ ਸਿਨੇਮਾ ਆਪਣੀ ਥਾਂ, ਬਾਲੀਵੁੱਡ ਆਪਣੀ ਥਾਂ,
ਉਹ 'ਚ ਕੋਈ ਕੰਪੈਰੀਜ਼ਨ ਨਹੀਂ ਆ, ਬਟ ਤੁਸੀਂ ਬਾਲੀਵੁੱਡ 'ਚ ਵੀ ਦੇਖੋਗੇ ਹੁਣ ਕਿੰਨੇ ਉਹ ਪੰਜਾਬੀ ਗਾਣੇ ਆਈ ਜਾਂਦੇ ਆ, ਨਾਲੇ ਸਿਰੇ ਪੰਜਾਬੀ ਆਉਂਦੇ ਆ, ਮਤਲਬ ਉਹਨੂੰ ਉਹ ਵੀ ਨਹੀਂ ਕਰਦੇ ਡਿਲੀਊਟ ਸਿੱਧਾ, ਉਹ ਤਾਂ ਵਧੀਆ ਖੁਸ਼ੀ ਵਾਲੀ ਫੀਲਿੰਗ ਆ। ਧੰਨਵਾਦ ਜੀ।